ਜਦੋਂ ਅਸੀਂ ਉੱਠ ਕੇ ਆਏ ਹਾਂ ਨਾ, ਉਸ ਦਿਨ ਤੋਂ ਤਿੰਨ ਦਿਨ ਪਹਿਲਾਂ ਸਾਡੇ ਇਲਾਕੇ 'ਚ ਝੰਡੇ ਲੱਗ ਗਏ ਸੀ ਪਾਕਿਸਤਾਨ ਦੇ। ਉਹਨੇ ਫਿਰ ਬਲਾਹ ਨੂੰ ਗੋਲੀਆਂ ਮਾਰੀਆਂ, ਬਲਾਹ ਬੇੜੀਆਂ ਛੱਡ ਛੱਡ ਕੇ ਵਿੱਚ ਚੁੱਪੀਆਂ ਮਾਰਦੇ ਸੀ, ਮੈਂ ਆਪ ਵੇਖਦਾ ਰਿਹਾ। ਅੱਛਾ, ਹਾਂ। ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ, ਔਰ ਅਸੀਂ ਇਸ ਵੇਲੇ ਬੈਠੇ ਹਾਂ ਜੀ ਚੱਕ ਮੀਰਦਾਦ ਮਾਫੀ, ਜ਼ਿਲ੍ਹਾ ਸਾਹੀਵਾਲ ਦੇ ਵਿੱਚ। ਇੱਥੇ ਇੱਕ ਹੋਰ ਬਜ਼ੁਰਗ ਸਾਡੇ ਨਾਲ ਨੇ, ਔਰ ਇਸ ਪਿੰਡ ਵਿੱਚ ਹੁਣ ਕਾਫੀ ਸਾਰੇ ਬਜ਼ੁਰਗਾਂ ਦੇ ਅਸੀਂ ਇੰਟਰਵਿਊ ਕਰ ਚੁੱਕੇ ਹਾਂ, ਅਤੇ ਇੱਥੇ ਚੂੰਕਿ ਕਾਫੀ ਸਾਰੇ ਬਜ਼ੁਰਗ ਸਾਨੂੰ ਮਿਲ ਗਏ ਸੀ ਜਿਨ੍ਹਾਂ ਨਾਲ ਇਹ ਗੱਲਾਂ ਦੀ ਸਾਂਝ ਪਾਈ ਜਾ ਸਕਦੀ ਸੀ, ਜਿਨ੍ਹਾਂ ਨਾਲ ਇਸ ਹਵਾਲੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ। ਸੋ ਇੱਕ ਹੋਰ ਬਜ਼ੁਰਗ ਸਾਨੂੰ ਮਿਲੇ ਨੇ ਅਰਾਈ ਬਰਾਦਰੀ ਦੇ, ਜਿਨ੍ਹਾਂ ਦਾ ਤਾਲੁਕ ਜ਼ਿਲ੍ਹਾ ਗੁਰਦਾਸਪੁਰ ਨਾਲ ਹੈ, ਪਿੰਡ ਵਾਣਖਾ। ਪਿੰਡ ਵਾਣਖਾ ਜ਼ਿਲ੍ਹਾ ਗੁਰਦਾਸਪੁਰ ਦੇ ਬਜ਼ੁਰਗ, ਔਰ ਇਹ ਪਿੰਡ ਦੀਨਾਨਗਰ ਦੇ ਬਿਲਕੁਲ ਲਾਗੇ ਸੀ। ਆਓ ਇਹਨਾਂ ਨਾਲ ਗੱਲਬਾਤ ਕਰੀਏ 1947 ਦੀ ਹਿਜਰਤ ਬਾਰੇ, 1947 'ਚ ਜੋ ਹਾਲਾਤ ਬੀਤੇ ਇਹਨਾਂ ਦੇ ਉਸ ਬਾਰੇ। ਬਾਬਾ ਜੀ, ਤੁਹਾਡਾ ਨਾਂ ਕੀ ਹੈ? ਰਸ਼ੀਦ। ਰਸ਼ੀਦ ਅਹਿਮਦ। ਆਪਾਂ ਥੋੜ੍ਹਾ ਜਿਹਾ ਉੱਚੀ ਬੋਲਾਂਗੇ ਤਾਂ ਫਿਰ ਗੱਲ ਬਣੇਗੀ। ਬਾਬਾ ਰਸ਼ੀਦ ਅਹਿਮਦ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਬਰਕਤ ਅਲੀ। ਬਰਕਤ ਅਲੀ। ਅਤੇ ਬਾਬਾ ਜੀ, ਇਹ ਸਾਨੂੰ ਦੱਸੋ, ਪਿੰਡ ਦੇ ਵਿੱਚ ਅਰਾਈ ਹੀ ਬੈਠੇ ਸੀ ਜਾਂ ਹੋਰ ਕੋਈ ਬਰਾਦਰੀ ਵੀ ਹੈ ਸੀ? ਹਿੰਦੂ ਸੀ, ਹਿੰਦੂ ਜਿਹੜੇ ਬੋਧੀਆਂ ਵਾਲੇ ਹੁੰਦੇ। ਅੱਛਾ 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 ਅੱਛਾ, ਜਿਨ੍ਹਾਂ ਨੇ ਬੋਧੀਆਂ ਰੱਖੀਆਂ ਹੁੰਦੀਆਂ ਸੀ ਵਾਲ, ਠੀਕ ਹੈ, ਉਹਨਾਂ ਨੂੰ ਹਿੰਦੂ ਕਹਿੰਦੇ। ਅੱਛਾ ਅੱਛਾ, ਅਤੇ ਦੂਸਰੇ ਅਰਾਈ ਅਰਾਈ ਸੀ, ਠੀਕ ਹੈ। ਅਤੇ ਬਾਬੇ ਸਾਨੂੰ ਇਹ ਦੱਸੋ ਵੀ ਅਰਾਈ ਜਿਹੜੇ ਉੱਥੇ ਬੈਠੇ ਸੀ, ਉਹਨਾਂ ਚੋਂ ਮਸ਼ਹੂਰ ਮਸ਼ਹੂਰ ਬੰਦੇ ਕਿਹੜੇ ਸੀ? ਇੱਕ ਤਫੈਲ ਤਫੈਲ ਰਾਈ ਸੀ, ਉਹ ਸਾਡੇ ਪਿੰਡ 'ਚ ਚੰਗਾ ਤਗੜਾ ਸੀ। ਉਹਨਾਂ ਦੀ ਬਿਰਾਦਰੀ ਵੀ ਸਾਡੇ ਨਾਲੋਂ ਆਮ ਲੋਕਾਂ ਨਾਲੋਂ ਤਗੜੇ ਸਾਰੇ ਘਰ। ਅੱਛਾ, ਹਾਂ, ਠੀਕ ਹੈ। ਅਤੇ ਹਿੰਦੂਆਂ ਵਿੱਚੋਂ ਮਸ਼ਹੂਰ ਬੰਦਾ ਕੋਈ ਨਾਂ ਜਿੰਦਾ ਤੁਹਾਨੂੰ ਯਾਦ ਹੋਵੇ? ਇੱਕ ਵਜ਼ੀਰਾ, ਵਜ਼ੀਰਾ ਹੈ ਹਿੰਦੂ। ਵਜ਼ੀਰਾ, ਹਾਂ, ਇਹ ਵਾਂਖਾ ਦੇ ਵਿੱਚ ਹੀ ਰਹਿੰਦਾ ਸੀ? ਹਾਂਜੀ। ਅੱਛਾ, ਇੱਕ ਇੰਦਰ ਸਿੰਘ ਸੀ। ਇੰਦਰ ਸਿੰਘ ਸੀ, ਉਹ ਵੀ ਹਿੰਦੂ ਸੀ। ਸਿੱਖ ਸੀ ਜਾਂ ਹਿੰਦੂ ਸੀ? ਹਿੰਦੂ ਸੀ। ਅੱਛਾ, ਹਿੰਦੂ ਸੀ। ਵੈਸੇ ਨਹੀਂ ਸਾਡੇ ਪਿੰਡ, ਉਹ ਇੰਦਰ ਸਿੰਘ ਵੀ ਹਿੰਦੂ ਸੀ? ਹਿੰਦੂ, ਠੀਕ ਹੈ। ਹੋਰ ਇੰਦਰ ਸਿੰਘ ਅਤੇ ਵਜ਼ੀਰਾ, ਹਾਂਜੀ। ਅੱਛਾ, ਇਹ ਕੀ ਕੰਮ ਕਰਦੇ ਸੀ? ਉਹ ਉਹਨਾਂ ਦੀ ਜ਼ਿਆਦਾ ਜ਼ਮੀਨਾਂ ਜ਼ਮੀਨਾਂ ਵਾਹਵਾ ਸੀ, ਉਹਨਾਂ ਨੇ ਕੰਮ ਕੀ ਕਰਨਾ ਸੀ? ਅੱਛਾ, ਪਿੰਡ ਦੇ ਲੋਕ ਜਿਹੜੇ ਨੇ ਜ਼ਿਮੀਂਦਾਰ ਰੱਖਣੇ ਸੀ? ਹਾਂਜੀ ਹਾਂਜੀ, ਖੇਤੀਬਾੜੀ ਕਰਨ ਵਾਲੇ, ਖੇਤੀਬਾੜੀ ਕਰਦੇ। ਅੱਛਾ, ਇਹਨਾਂ ਦੀ ਜ਼ਮੀਨਾਂ ਦੋ ਦੀਆਂ ਬਾਹਲੀਆਂ ਸੀ? ਬਹੁਤ, ਠੀਕ ਹੈ, ਠੀਕ ਹੈ। ਇਹਨਾਂ ਦੇ 5-7 ਘਰ ਸੀ, ਅਤੇ ਜ਼ਮੀਨਾਂ ਵਾਲੇ ਵਾਹਵਾ ਸੀ। ਅੱਛਾ, ਫਿਰ ਆਏ ਬਿਆਦਰੀ, ਇਹਨਾਂ ਦੀ ਜ਼ਮੀਨਾਂ ਬਹੁਤੇ ਬੁੰਦੇ ਸੀ, ਹਾਂ, ਖੇਤੀਬਾੜੀ ਕਰਦੇ, ਠੀਕ ਹੈ। ਅੱਛਾ, ਰਾਈ ਇਹਨਾਂ ਦੀਆਂ ਜ਼ਮੀਨਾਂ ਘੜੀਆਂ ਵਾਂਦੇ ਸੀ? ਕਿਉਂ, ਰਾਈਆਂ ਦੀਆਂ ਜ਼ਮੀਨਾਂ ਸਾਡੇ ਇਲਾਕੇ ਥੋੜ੍ਹੀਆਂ ਸੀ, ਹਾਂ ਹਾਂ, ਕਿਸੇ ਦੇ 2 ਕਿੱਲੇ, ਕਿਸੇ ਦੇ 4 ਪੈ ਗਈਆਂ, ਕਿਸੇ ਦੀ 2 ਪੈ ਗਈਆਂ, ਇੱਦਾਂ ਦੀ, ਠੀਕ ਹੈ। ਉਹਨਾਂ ਦੀਆਂ ਜ਼ਿਆਦਾ ਸੀ, ਉਹਨਾਂ ਦੀਆਂ ਜ਼ਿਆਦਾ ਸੀ, ਠੀਕ। ਇਹ ਵਾਂਖਾ ਦੇ ਆਸੇ ਪਾਸੇ ਕਿਹੜੇ ਪਿੰਡ ਸੀ? ਇੱਕ ਤਾਂ ਦੀਨਾਨਗਰ ਹੀ ਲਾ ਲਾ, ਹਾਂ, ਇੱਕ ਕਾਲਾ ਸੀ ਪਿੰਡ, ਠੀਕ ਹੈ, ਹੋਰ ਭਲਾ ਜਿਹਾ ਪਿੰਡ ਸੀ, ਮੈਨੂੰ ਯਾਦ ਨਹੀਂ ਹੋਣਾ ਤਾਂ। ਅੱਛਾ, ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਹੋਈ ਹੈ, ਤੁਹਾਡੀ ਉਮਰ ਕਿੰਨੀ ਕੁ ਸੀ ਉਸ ਵੇਲੇ? 10 ਸਾਲ ਦੀ। 10 ਸਾਲ ਦੇ, ਹੁਣ ਤੁਸੀਂ 82 ਨੂੰ ਅਪੜਨ ਵਾਲੇ ਹੋ, ਠੀਕ ਹੈ। ਅਤੇ ਇਹ ਦੱਸੋ ਬਾਬਾ ਜੀ, ਠੀਕ ਹੈ, ਅਤੇ ਸਕੂਲ ਹੈ ਸੀ ਉੱਥੇ ਤੁਹਾਡੇ ਵਾਂਖਾ ਪਿੰਡ ਵਿੱਚ? ਸਕੂਲ ਦਾ ਹੀ ਹੋਏਗਾ, ਪਰ ਮੈਨੂੰ ਨਹੀਂ ਏਡਾ ਯਾਦ। ਤੁਸੀਂ ਨਹੀਂ ਗਏ ਪੜ੍ਹਨ? ਮੈਂ ਨਹੀਂ ਗਏ। ਮੁਸਲਮਾਨਾਂ ਦੇ ਵਿੱਚ ਪੜ੍ਹਨ ਦਾ ਏਡਾ ਨਹੀਂ ਹੈ ਸੀ ਰੁਝਾਨ? ਘੱਟ ਹੀ ਸੀ,
ਘੱਟ ਸੀ ਬਹੁਤ ਹੀ ਘੱਟ ਅੱਛਾ ਬਹੁਤ ਹੀ ਘੱਟ ਸੀ ਥੋੜ੍ਹਾ ਜਿਹਾ ਬਹੁਤ ਹੀ ਘੱਟ ਸੀ ਕਿਤੇ ਬੰਦਾ ਚਿੱਠੀ ਚੁੱਠੀ ਚੱਲ ਜਾਂਦੀ ਸੀ ਨਾ ਕਿਸੇ ਦੀ ਅਤੇ ਕੋਈ ਵਿਰਲਾ ਹੀ ਬੰਦਾ ਲੱਭਦਾ ਸੀ ਪੜ੍ਹਨ ਵਾਲਾ ਅੱਛਾ ਚਿੱਠੀ ਚਿੱਠੀ ਪੱਤਰ ਆ ਜਾਂਦਾ ਸੀ ਅਤੇ ਰੌਲਾ ਪੈ ਜਾਂਦਾ ਸੀ ਵੀ ਕਿਵੇਂ ਪੜ੍ਹਾਈਏ ਆਹ ਕਿੱਥੇ ਪੜ੍ਹਾਈਏ ਕੋਈ ਵਿਰਲਾ ਹੀ ਬੰਦਾ ਲੱਭਦਾ ਜਦੋਂ ਅੱਛਾ ਇਸ ਤਰ੍ਹਾਂ ਦੇ ਹਾਲਾਤ ਸੀ ਫਿਰ ਠੀਕ ਹੈ ਸਾਰੇ ਪਿੰਡ ਵਿੱਚ ਹੀ ਇੰਝ ਹਾਲਾਤ ਸੀ ਇਸੇ ਤਰ੍ਹਾਂ ਦੇ ਮੈਂ ਸਾਰੇ ਮੁਲਕ ਵੀ ਉਦੋਂ ਇਹੋ ਜਿਹੇ ਹਾਲਾਤ ਆਈ ਯਾਨੀ ਸਿਰਫ ਮੁਸਲਮਾਨਾਂ ਦੇ ਨਹੀਂ ਸਾਰੀ ਕੌਮਾਂ ਦੇ ਵਿੱਚ ਹੀ ਇਵੇਂ ਸੀ ਸਾਰੇ ਸੀ ਅੱਛਾ ਅੱਛਾ ਠੀਕ ਹੈ ਅਤੇ ਕਦੇ ਦੀਨਾਨਗਰ ਗਏ ਸੀ ਜਾਂਦੇ ਉਹਦੇ ਰਹੀ ਜਾਂਦੇ ਅੱਛਾ ਆਪ ਮੇਰਾ ਪਿਓ ਲੈ ਲੂ ਜਾਂਦਾ ਰਿਹਾ ਸੀ ਨਾਲ ਹੀ ਸੀ ਕੋਈ ਏਡਾ ਫਰਕ ਨਹੀਂ ਸੀ ਅੱਛਾ ਦੀਨਾਨਗਰ ਸਟੇਸ਼ਨ ਉੱਧਰ ਸਟੇਸ਼ਨ ਤੋਂ ਸੜਕ ਤੋਂ ਉੱਧਰ ਦੀਨਾਨਗਰ ਸੀ ਉੱਧਰ ਵਾਂਖਾ ਅੱਛਾ 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 ਲਾਗੇ ਲਾਗੇ ਫਰਕ ਬਸ ਸਟੇਸ਼ਨ ਦਾ ਹੀ ਸੀ ਥੋੜ੍ਹਾ ਜਿਹਾ ਸਟੇਸ਼ਨ ਦਾ ਹੀ ਫਰਕ ਸੀ ਬਸ ਅਤੇ ਸੜਕ ਦਾ ਠੀਕ ਹੈ ਅੱਛਾ ਅੱਛਾ ਅਤੇ ਦੀਨਾਨਗਰ ਤਾਂ ਵੱਡਾ ਕਸਬਾ ਸੀ ਨਾ ਉੱਥੇ ਤਾਂ ਦੁਕਾਨਾਂ ਦੁਕਾਨਾਂ ਵੀ ਹੋਣਗੀਆਂ ਸੀ ਅਤੇ ਬਾਲ ਫਿਰ ਸ਼ੌਕ ਨਾਲ ਸ਼ਹਿਰ ਜਾਂਦੇ ਨੇ ਬਾਲ ਤਾਂ ਫਿਰ ਸ਼ਹਿਰ ਸ਼ੌਕ ਹੁੰਦਾ ਠੀਕ ਹੈ ਅੱਛਾ ਕੀ ਸ਼ਹਿਰ ਲੈ ਕੇ ਦਿੰਦੇ ਹੁੰਦੇ ਸੀ ਅੱਬਾ ਜੀ ਲੈ ਕੇ ਜਿਹੜਾ ਮਖਾਣੇ ਮਖੂਣੇ ਤਾਂ ਇਹੋ ਜਿਹੀਆਂ ਹੁੰਦੀਆਂ ਸੀ ਰਿਓੜੀਆਂ ਰਿਆੜੀਆਂ ਹਾਂ ਮੂੰਗਫਲੀ ਵੀ ਲੱਭ ਜਾਂਦੀ ਮੂੰਗਫਲੀ ਵੀ ਲੱਭ ਜਾਂਦੀ ਠੀਕ ਹੋ ਗਿਆ ਅੱਛਾ ਇਹ ਦੱਸੋ ਪਿੰਡ ਵਿੱਚ ਮਸਜਿਦਾਂ ਕਿੰਨੀਆਂ ਸੀ ਵਾਂਖਾ ਵਿੱਚ ਮਿੰਤਰੀ ਮਲੂਮਾ ਵੀ ਚਾਰ ਪੰਜ ਸੀ ਪੰਜ ਕੁ ਸੀ ਚਾਰ ਪੰਜ ਅਤੇ ਮੰਦਰ ਵੀ ਹੈ ਸੀ ਹੈ ਸੀ ਤੁਸੀਂ ਕਦੇ ਮੰਦਰ ਗਏ ਸੀ ਨਹੀਂ ਮੈਂ ਨਹੀਂ ਗਿਆ ਤੁਸੀਂ ਨਹੀਂ ਗਏ ਹਿੰਦੂਆਂ ਦਾ ਮੰਦਰ ਸੀ ਹਿੰਦੂਆਂ ਦਾ ਮੰਦਰ ਸੀ ਠੀਕ ਹੈ ਆਪਣੇ ਬੇਲੀਆਂ ਦੇ ਨਾਲ ਰਲ ਕੇ ਵੀ ਕਦੇ ਨਹੀਂ ਗਏ ਉੱਧਰ ਨਹੀਂ ਕਦੇ ਨਹੀਂ ਗਏ ਸਹੀ ਗੁਜ਼ਾਰਾ ਹੁੰਦਾ ਸੀ ਹਾਂਜੀ ਅੱਛਾ ਇਹ ਦੱਸੋ ਫਿਰ ਕਿੰਨੇ ਕੁ ਦਿਨ ਪਹਿਲੇ ਵੱਡਕਿਆਂ ਨੇ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਬਈ ਇਹ ਤਾਂ ਇੱਥੋਂ ਉੱਠਣਾ ਹੈ ਆਪਾਂ ਇਹ ਪਿੰਡ ਆਪਾਂ ਛੱਡ ਜਾਣਾ ਹੈ ਇੱਥੋਂ ਜੀ ਐਵੇਂ ਪਤਾ ਲੱਗਦਾ ਸੀ ਵੀ ਅੰਮ੍ਰਿਤਸਰ ਲੜਾਈ ਹੋਣ ਲਈ ਸ਼ਹਿਰ 'ਚ ਹਿੰਦੂਆਂ ਮੁਸਲਮਾਨਾਂ ਨੇ ਅੱਛਾ ਅਤੇ ਉੱਠਣ ਉੱਠਣ ਦਾ ਐਡਾ ਤਸੱਵਰ ਕੋਈ ਨਹੀਂ ਸੀ ਨਾ ਕੋਈ ਐਡੀ ਗੱਲ ਹੁੰਦੀ ਸੀ ਹਾਂ ਜਦੋਂ ਅਸੀਂ ਉੱਠ ਕੇ ਆਏ ਹਾਂ ਨਾ ਉਸ ਦਿਨ ਤੋਂ ਤਿੰਨ ਦਿਨ ਪਹਿਲਾਂ ਹਾਂ ਸਾਡੇ ਇਲਾਕੇ 'ਚ ਝੰਡੇ ਲੱਗ ਗਏ ਸੀ ਪਾਕਿਸਤਾਨ ਦੇ ਅੱਛਾ ਪੈਸੇ ਲੈ ਲਏ ਕੀ ਲੈ ਲਿਆ ਆ ਪੰਜ ਜ਼ਿਲ੍ਹੇ ਉਹਨੇ ਦਵਾਏ ਸੀ ਇਹ ਪੰਜ ਜ਼ਿਲ੍ਹੇ ਜਿਹੜੇ ਗੁਰਦਾਸਪੁਰ ਤੇ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਤੇ ਜਲੰਧਰ ਤੇ ਫਿਰੋਜ਼ਪੁਰ ਪੰਜੇ ਜ਼ਿਲ੍ਹੇ ਪਾਕਿਸਤਾਨ ਦੇ ਸੀ ਅੱਛਾ ਇਹ ਕਹਿੰਦੇ ਨੇ ਵੀ ਉਹਨੇ ਦੇ ਦਿੱਤੇ ਫਿਰ ਰਾਤੋ ਰਾਤ ਤੀਸਰੇ ਦਿਨ ਉਹਨੂੰ ਪਤਾ ਨਹੀਂ ਕੀ ਨਾ ਲਾਲਚ ਦਿੱਤਾ ਕੀ ਬਣਿਆ ਇਹ ਉਹਨਾਂ ਨੂੰ ਪਤਾ ਹੋਇਆ ਅਤੇ ਤੀਸਰੇ ਦਿਨ ਸਾਨੂੰ ਪਤਾ ਲੱਗ ਗਿਆ ਵੀ ਉਹ ਝੰਡੇ ਲੈ ਗਏ ਨੇ ਪਾਕਿਸਤਾਨ ਦੇ ਅਤੇ ਹੁਣ ਇੱਧਰ ਵੰਡ ਪੈ ਗਈ ਹੈ ਇੱਧਰ ਨੂੰ ਜਾਣਾ ਉੱਠ ਕੇ ਅੱਛਾ ਪਾਕਿਸਤਾਨ ਮੁਸਲਮਾਨਾਂ ਨੇ ਠੀਕ ਹੈ ਜਿਹੜੇ ਹਿੰਦੂ ਸਾਡੇ ਪਿੰਡ ਜਦੋਂ ਝੰਡੇ ਲੱਗੇ ਹੈ ਨਾ ਪਾਕਿਸਤਾਨ ਦੇ ਉਦੋਂ ਜਿਹੜੇ ਹਿੰਦੂ ਸੀ ਆਪਣੀਆਂ ਪੰਡਾਂ ਬੰਨ੍ਹ ਕੇ ਬਿਸਤਰੇ ਬੁਸਤਰੇ ਚੀਜ਼ਾਂ ਚੂਜ਼ਾਂ ਅਤੇ ਗੱਡੀ ਚੜ੍ਹ ਕੇ ਪਰਾਂ ਨੂੰ ਜਾ ਰਹੇ ਸੀ ਜਿਵੇਂ ਕਸ਼ਮੀਰ ਨੂੰ ਪਤਾ ਨਹੀਂ ਕਿੱਧਰ ਨੂੰ ਚੱਲੇ ਸੀ ਵੀ ਇਹ ਇਲਾਕਾ ਤਾਂ ਪਾਕਿਸਤਾਨ ਬਣ ਗਿਆ ਠੀਕ ਹੈ ਗੁਰਦਾਸਪੁਰ ਜਿਹੜਾ ਹਾਂਜੀ ਉਹ ਚੱਲੇ ਸੀ ਅਤੇ ਉਹਨਾਂ ਨੂੰ ਲੋਕ ਮੋੜਦੇ ਸੀ ਮੁਸਲਮਾਨ ਉਹਨਾਂ ਨੂੰ ਮੋੜਦੇ ਸੀ ਵੀ ਨਾ ਜਾਓ ਯਾਰ ਹੈਂ ਅੱਛਾ ਕੋਈ ਚਲੇ ਵੀ ਗਏ ਕੋਈ ਰਹਿ ਗਏ ਤੀਜੇ ਦਿਨ ਫਿਰ ਐਲਾਨ ਹੋ ਗਿਆ ਵੀ ਇੱਥੇ ਹਿੰਦੁਸਤਾਨ ਬਣ ਗਿਆ ਅੱਛਾ ਮੁਸਲਮਾਨਾਂ ਨੂੰ ਹੁਕਮ ਹੋ ਗਏ ਉੱਠ ਲਓ ਰਾਤ ਨੂੰ ਪਤਾ ਲੱਗਾ ਸਵੇਰੇ ਉੱਠ ਕੇ ਤੁਰ ਪਏ ਮੇਰਾ ਖਿਆਲ ਹੈ ਵੀ ਸ਼ਕਰਗੜ੍ਹ ਦੇ ਇਲਾਕੇ 'ਚ ਖਰੇ ਤੁਸੀਂ ਸੁਣਿਆ ਹੋਵੇਗਾ ਤਿਮੋਲਾ ਪੱਤਣ ਹੈ ਤਿਮੋਲਾ ਪੱਤਣ ਹੈ ਬੜਾ ਮਸ਼ਹੂਰ ਹੈ ਬਿਲਕੁਲ ਹੈਂ ਬਿਲਕੁਲ ਉਸ ਪੱਤਣ ਤੋਂ ਅਸੀਂ ਆਏ ਹਾਂ ਅੱਛਾ ਤੁਸੀਂ ਫਿਰ ਜਿਸਲੇ ਤੁਹਾਨੂੰ ਯਕਦਮ ਪਤਾ ਲੱਗਿਆ ਵੀ ਘਰ ਛੱਡਣਾ ਹੈ ਹਾਂਜੀ ਤੇ ਦਿਲ ਤੇ ਤਾਂ ਕਿਆਮਤ ਗੁਜ਼ਰ ਗਈ ਹਾਂਜੀ ਹਾਂਜੀ
ਲੋਕ ਰੋਏ ਤਾਂ ਹੋਣਗੇ ਉਹ ਮਜ਼ਰ ਹੀ ਇਹਦਾ ਆਪਣੀ ਜੰਮਣ ਭੋਇਓ ਛੱਡਣਾ ਐਡਾ ਸੌਖਾ ਨਹੀਂ ਹੁੰਦਾ ਓਫੋ ਲੋਕ ਫੇਰ ਵੀ ਨਹੀਂ ਸੀ ਕਹਿੰਦੇ ਵੀ ਲੋਕਾਂ ਦੇ ਵੀ ਪਤਾ ਨਹੀਂ ਕੀ ਦੋ ਤਿੰਨ ਦਿਨ ਡਾਲਾ ਫੇਰ ਆ ਜਾਣਾ ਸੀ ਉਸ ਤਰ੍ਹਾਂ ਜਿੰਦਰੇ ਮਾਰ ਦਿੱਤੇ ਮਾਲ ਮਾਲ ਜਿਹੜਾ ਹੈਗਾ ਤੂੰ ਛੱਡ ਦਿੱਤਾ ਤੁਰ ਪਏ ਹਾਂ ਜਿੰਦੇ ਮਾਰ ਤੇ ਬਈ ਹੁਣ ਆ ਜਾਣਾ ਮਲਾ ਫਿਰ ਉਦੋਂ ਉੱਥੇ ਬੇੜੀਆਂ ਪੈਂਦੀਆਂ ਠੀਕ ਹੈ ਮਲਾ ਪੱਕ ਇਧਰੋਂ ਬੰਦੇ ਲੈ ਜਾਂਦੇ ਮੁਸਲਮਾਨਾਂ ਨੂੰ ਉਧਰੋਂ ਹਿੰਦੂਆਂ ਨੂੰ ਸਿੱਖਾਂ ਨੂੰ ਇਧਰ ਨੂੰ ਲੈ ਆਉਂਦੇ ਅੱਛਾ ਫਿਰ ਇੱਕ ਸਾਡੇ ਉੱਥੇ ਦੀਨਾ ਲਾਗੇ ਥਾਣਾ ਸੀ ਹਾਂ ਉੱਥੇ ਪਠਾਣ ਇੱਕ ਥਾਣੇਦਾਰ ਸੀ ਠੀਕ ਹੈ ਉਹ ਦੋ ਦਿਨ ਪਹਿਲਾਂ ਉਹਨੂੰ ਪਤਾ ਲੱਗ ਗਿਆ ਦੋ ਤਿੰਨ ਦਿਨ ਆਪਣੀ ਜੀ ਲੈ ਕੇ ਤੇ ਲਾਹੌਰ ਆ ਗਿਆ ਅੱਛਾ ਉਹਨੇ ਇੱਥੋਂ ਤਬਾਦਲਾ ਆਪਣਾ ਨਾ ਆਰਡਰ ਲਿਆ ਸੀ ਸ਼ਕਰਗੜ੍ਹ ਜਾ ਲੱਗਾ ਅੱਛਾ ਅਸੀਂ ਅਸੀਂ ਉੱਥੇ ਬੈਠੇ ਹਾਂ ਅਤੇ ਜਦੋਂ ਮਲਾਵਾਂ ਮਲਾ ਇੱਧਰੋਂ ਪੈਸੇ ਲੈ ਕੇ ਟਪਾਉਂਦੇ ਸੀ ਉਧਰੋਂ ਪੈਸੇ ਉਹਨਾਂ ਤੋਂ ਵੀ ਲੈਂਦੇ ਸੀ ਸਾਡੇ ਤੋਂ ਵੀ ਲੈਂਦੇ ਸੀ ਮੁਸਲਮਾਨਾਂ ਤੋਂ ਠੀਕ ਹੈ ਜਿਹੜੇ ਉਹ ਥਾਣੇਦਾਰ ਉੱਥੇ ਚਲੇ ਗਿਆ ਉਹਨੂੰ ਪਤਾ ਲੱਗਾ ਵੀ ਪੈਸੇ ਲੈਂਦੇ ਮਲਾਹ ਅਤੇ ਮਲਾਹ ਤਾਂ ਮੁਸਲਮਾਨ ਸੀ ਠੀਕ ਹੈ ਉਹ ਫਿਰ ਚਲੇ ਗਿਆ ਉਹਨੂੰ ਆਰਡਰ ਲੈ ਲਿਆ ਉੱਥੇ ਉਹ ਸ਼ਗਰਗੜ੍ਹ ਜਾ ਲੱਗਾ ਉਹ ਦੂਏ ਜਿਹੜੀ ਉੱਥੇ ਮੋਲਾ ਪੱਤਰ 'ਤੇ ਚਲੇ ਗਿਆ ਉਹਨੇ ਫਿਰ ਮਲਾਹ ਨੂੰ ਗੋਲੀਆਂ ਮਾਰੀਆਂ ਮਲਾਹ ਫਿਰ ਬੇੜੀਆਂ ਛੱਡ ਛੱਡ ਕੇ ਵਿੱਚ ਚੁੱਪੀਆਂ ਮਾਰਦੇ ਮੈਂ ਆਪ ਵੇਖਦਾ ਰਿਹਾ ਅੱਛਾ ਹਾਂ ਇੱਥੇ ਕੋਈ ਹਿੰਦੂ ਸਿੱਖ ਇੱਥੋਂ ਦੀ ਟਪਾਉਣਾ ਨਹੀਂ ਉਹਨਾਂ ਨੂੰ ਕਿਹਾ ਇਹ ਸਾਰੇ ਮੁਸਲਮਾਨ ਟਪੋ ਇਹ ਜਿੱਦਰ ਨੂੰ ਮਰਜ਼ੀ ਯਾਰ ਠੀਕ ਹੈ ਮੁਸਲਮਾਨਾਂ ਤੋਂ ਪੈਸਾ ਕੋਈ ਨਹੀਂ ਲੈਣਾ ਅੱਛਾ ਫਿਰ ਹੁਣ ਇਹ ਉਦੋਂ ਫਿਰ ਅਸੀਂ ਟੱਪੇ ਹਾਂ ਅੱਛਾ ਜਦੋਂ ਉਹ ਉੱਥੇ ਚਲੇ ਗਿਆ ਨਾ ਉਦੋਂ ਉਸ ਦੌਰਾਨ ਤੋਂ ਉਦੋਂ ਮਗਰੋਂ ਫਿਰ ਟੱਪਾਏ ਟੱਪੇ ਆ ਅਸੀਂ ਠੀਕ ਹੈ ਠੀਕ ਹੈ ਉਹ ਵੀ ਪਰੋਂ ਉੱਠ ਕੇ ਆਇਆ ਸੀ ਉਦੋਂ ਵੀ ਉਹ ਦੀਨਾ ਨਗਰ ਥਾਣਾ ਸੀ ਉੱਥੋਂ ਉੱਠ ਕੇ ਆਇਆ ਅੱਛਾ ਥਾਣੇ 'ਚੋਂ ਉਹਨੂੰ ਪਤਾ ਲੱਗ ਗਿਆ ਨਾ ਕਿਤੇ ਅਫਸਰ ਸੀ ਨਾ ਦੋ ਚਾਰ ਦਿਨ ਪਹਿਲਾਂ ਪਤਾ ਲੱਗ ਗਿਆ ਉਹ ਦੋ ਚਾਰ ਦਿਨ ਆਪਦਾ ਜੀ ਜੂ ਲੈ ਕੇ ਕੋਈ ਗੱਡੀ ਲਾਹੌਰ ਆ ਗਿਆ ਅੱਛਾ ਅੱਛਾ ਇੱਥੋਂ ਆਰਡਰ ਕਰਾਇਆ ਸੀ ਛਤਰਗੜ੍ਹ ਜਾ ਲੱਗਾ ਅੱਛਾ ਨਾਲ ਦੀ ਨਾਲ ਹੀ ਉਹਦਾ ਕੋਈ ਨਾਂ ਯਾਦ ਹੈ ਤੁਹਾਨੂੰ ਜਾਂ ਵੱਡਿਆਂ ਨੇ ਦੱਸਿਆ ਹੋਵੇ ਥਾਣੇਦਾਰ ਦਾ ਕੀ ਨਾਂ ਸੀ ਮੈਨੂੰ ਠੀਕ ਹੈ ਪਰ ਉਹ ਥਾਣੇਦਾਰ ਜਿਹੜਾ ਸੀ ਨਾ ਸਾਡੇ ਰਾਈ ਜਿਹੜੇ ਸੀ ਨਾ ਲੋਕ ਇਹ ਤਾਂ ਕਿਸੇ ਕੰਮ ਦੇ ਨਹੀਂ ਉਹ ਜਦੋਂ ਥਾਣੇ ਲੱਗਾ ਸੀ ਅਤੇ ਉਹਨੂੰ ਪਹਿਲਾਂ ਪਤਾ ਸੀ ਵੀ ਹਿੰਦੁਸਤਾਨ ਪਾਕਿਸਤਾਨ ਬਣ ਲਿਆ ਉੱਥੇ ਸਾਡੇ ਲਾਗੇ ਪਠਾਣਾ ਦੇ ਦੋ ਤਿੰਨ ਚੱਕ ਸੀ ਉਹਨਾਂ ਨੂੰ ਇਕਰਾਰ ਸੱਦਿਆ ਪਠਾਣਾ ਨੂੰ ਠੀਕ ਹੈ ਇੱਥੇ ਆਹ ਜਿਹੜੇ ਆਹ ਜਿਹੜੇ ਸ਼ਹਿਰ ਆਏ ਆ ਵਾਂਖਾ ਵਾ ਆਹ ਲਾਗੇ ਲਾਗੇ ਕੋਈ ਹਿੰਦੂ ਹੈਗੇ ਨੇ ਉਹਦਾ ਪ੍ਰੋਗਰਾਮ ਸੀ ਵੀ ਇਹਨਾਂ ਨੂੰ ਇਕੱਠੇ ਕਰਕੇ ਮਾਰ ਛੱਡੀਏ ਅੱਛਾ ਉਸ ਥਾਣੇਦਾਰ ਦਾ ਥਾਣੇਦਾਰ ਅਤੇ ਸਾਡੇ ਪਿੰਡ ਦੇ ਵਿੱਚੋਂ ਦੀ ਸੜਕ ਜਾਂਦੀ ਸੀ ਥਾਣੇ ਅੱਛਾ ਫਿਰ ਸਾਡੇ ਉਦੋਂ ਪਹਿਰੇ ਪੂਰੇ ਲੱਗਦੇ ਹੁੰਦੇ ਸੀ ਨਾ ਅਤੇ ਉਹ ਪਹਿਰੇ ਵਾਲਿਆਂ ਨੇ ਰੋਕ ਲਏ ਉਹ ਪਠਾਨ ਜਿਹੜੇ ਸੀ ਨਾ ਉਹਨੂੰ ਆਪਦੀ ਬਿਆਦਰੀ ਸੱਜੀ ਉਹ ਨਾ ਕੇ ਜਾਣ ਦਿੱਤੇ ਨਾ ਠੀਕ ਹੈ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕੀ ਬਣਨਾ ਕੀ ਬਣਦਾ ਕੀ ਨਹੀਂ ਇਹਨਾਂ ਨੇ ਉਹ ਕੰਮ ਨਾ ਹੋਣ ਦਿੱਤਾ ਉਹਦਾ ਜਿਹੜਾ ਸੀ ਨਾ ਮਨਸੂਬਾ ਉਹ ਨਾ ਕਾਮਯਾਬ ਹੋਣ ਦਿੱਤਾ ਇਹ ਪਹਿਰੇ ਵਾਲੇ ਕੌਣ ਸੀ ਆਪਣੀ ਮਿਹਨਤ ਤੇ ਯਕੀਨ ਰੱਖਣ ਵਾਲੇ ਭੋਏ ਦੇ ਨਾਲ ਘੁਲ ਕੇ ਤੇ ਉਹਨੂੰ ਸੋਨਾ ਬਣਾਉਣ ਵਾਲੀ ਕੌਮ ਅੱਛਾ ਫਿਰ ਇਹਨਾਂ ਰਾਈਆਂ ਨੇ ਕਿਹਾ ਵੀ ਨਹੀਂ ਇਹ ਕੰਮ ਨਹੀਂ ਹੋਣਾ ਜਾਣ ਦਿੱਤੇ ਫਿਰ ਦਿਨ ਚੜ ਗਿਆ ਉੱਥੇ ਡੱਕੀ ਰੱਖੇ ਫਿਰ ਉਹ ਵਾਪਸ ਚਲੇ ਗਏ ਫਿਰ ਮਾਂਗ ਵੇਲੇ ਪਿੱਛਾ ਵਾਪਸ ਚਲੇ ਗਏ
ਉਹਦੇ ਮਗਰੋਂ ਫਿਰ ਥਾਣੇਦਾਰ ਨੇ ਉਹ ਕਾਮਯਾਬ ਨਾ ਪਤਾ ਕੰਮ ਹੋਇਆ ਉਹਨੂੰ ਫਿਰ ਆਪਦੇ ਜੀ ਲੱਦੇ ਤੇ ਲਾਹੌਰ ਆ ਗਏ ਲਾਹੌਰੋਂ ਆਰਡਰ ਲਿਆ ਤੇ ਸ਼ਕਟਗੜ੍ਹ ਚਲ ਗਿਆ ਅੱਛਾ ਯਾਨੀ ਅਰਾਈਆਂ ਨੇ ਉੱਥੇ ਹਿਫਾਜ਼ਤ ਕੀਤੀ ਜਿਹੜੇ ਇਲਾਕੇ 'ਚ ਲੋਕ ਬੈਠੇ ਹਾਂਜੀ ਹਾਂਜੀ ਠੀਕ ਹੈ ਉਹਨਾਂ ਅਰਾਈਆਂ ਨੇ ਜਿਨ੍ਹਾਂ ਨੇ ਹਿਫਾਜ਼ਤ ਕੀਤੀ ਸੀ ਉਹਨਾਂ ਵਿੱਚੋਂ ਆਗੂ ਹੱਥ ਬੰਦਾ ਕਿਹੜਾ ਸੀ ਕਿਹੜਾ ਉਹਨਾਂ ਚੋਂ ਅੱਗੇ ਬੰਦਾ ਵੱਡਾ ਮਸ਼ਹੂਰ ਕੋਈ ਬੰਦਾ ਜਿਹਨੇ ਆਖਿਆ ਹੋਵੇ ਨਾ ਬਈ ਮੈਂ ਨਹੀਂ ਕੰਮ ਆਉਣ ਦੇਣਾ ਉਹ ਪਹਿਰੇ ਵਾਲੇ ਸੀ ਨਾ ਬੰਦੇ ਪਤਾ ਨਹੀਂ ਕਿਹੜੇ ਸੀ ਤੁਹਾਡੇ ਪਿੰਡ ਦੇ ਸੀ ਹਾਂਜੀ ਸਾਡੇ ਪਿੰਡ ਦੇ ਅਵਾਂਖਾ ਦੇ ਅਵਾਂਖੇ ਤੇ ਵਿੱਚੋਂ ਦੀ ਬੜੀ ਵੱਡੀ ਸੜਕ ਜਾਂਦੀ ਥਾਣੇ ਵਾਲੀ ਥਾਣਾ ਦੀਨਾਨਗਰ ਦੀਨਾਨਗਰ ਬੜੀ ਵੱਡੀ ਸੜਕ ਪੁਰਾਣੀ ਜਿਵੇਂ ਜਿਵੇਂ ਆ ਕੱਖਾਂ ਵਾਲੀ ਸੜਕ ਮਸ਼ਹੂਰ ਜੀ ਇਸ ਤਰ੍ਹਾਂ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਠੀਕ ਹੈ ਫਿਰ ਬਾਬਾ ਜੀ ਤੁਸੀਂ ਉੱਥੋਂ ਪਿੰਡੋਂ ਨਿਕਲੇ ਕਿੰਨੇ ਦਿਨਾਂ 'ਚ ਪਾਕਿਸਤਾਨ ਪਹੁੰਚੇ ਸੀ ਕਿਵੇਂ ਕਿਵੇਂ ਨਿਕਲੇ ਅਸੀਂ ਸੁਬਹਾ 8 ਵਜੇ 8-9 ਵਜੇ ਨਿਕਲੇ ਸਾਡਾ ਸਾਰਾ ਪਿੰਡ ਉੱਠ ਖਲੋਤਾ ਹਾਂ ਅਤੇ ਇਕੱਠੇ ਤੁਰੇ ਆਏ ਨੇ ਅਤੇ ਉੱਥੇ ਮੋਲੇ ਪੱਤਣ 'ਤੇ ਆ ਗਏ ਅਸਰ ਕੁਲੇ 'ਚ ਉਹ ਇੱਕੋ ਦਿਨ ਜੀ ਸਾਡੇ ਤੋਂ ਦੀਨਾਨਗਰ ਅਤੇ ਬਾਂਕੇ ਤੋਂ ਜਿੰਨਾ ਇੱਥੋਂ ਸਾਹਿਬ ਵਾਲਾ ਨਾ ਮੈਂ ਇੰਨਾ ਕੁ ਸਫ਼ਰ ਸੀ ਉਸੇ ਮੋਲੇ ਪੱਤਣ ਤੋਂ ਠੀਕ ਹੈ ਹਾਂ ਅਸੀਂ ਦਿਹਾੜੀ ਵੀ ਉੱਥੇ ਆ ਗਏ ਬਾਲਾ ਪੰਧ ਨਹੀਂ ਸੀ ਨਹੀਂ ਬਹੁਤ ਸੀ 15-20 ਮੀਲ ਹੋਊਗਾ 15-20 ਮੀਲ ਹੋਊਗਾ ਇੱਦੋਂ ਜ਼ਿਆਦਾ ਨਹੀਂ ਅੱਛਾ ਠੀਕ ਹੈ ਤੁਸੀਂ ਫਿਰ ਆ ਗਏ ਹਾਂਜੀ ਬਾਡ ਤੋਂ ਪੱਤਣ ਲੰਘ ਗਿਆ ਲੰਘ ਗਿਆ ਅਤੇ ਇੱਥੇ ਸਿੱਧੇ ਇੱਥੇ ਆ ਕੇ ਬੈਠੇ ਨਹੀਂ ਅਸੀਂ ਵਜ਼ੀਰਾਬਾਦ ਸਟੇਸ਼ਨ ਦੇ ਉੱਤੇ ਕਾਫੀ ਦੇਰ ਅਸੀਂ ਸਟੇਸ਼ਨ 'ਤੇ ਬੈਠੇ ਰਹੇ ਅੱਛਾ ਕਾਫੀ ਦਿਨ ਹੀ ਬੈਠੇ ਰਹੇ ਮੇਰਾ ਖਿਆਲ 10-15 ਦਿਨ ਉਹ ਸਾਡੇ ਰਿਸ਼ਤੇਦਾਰ ਸੀ ਅੰਮ੍ਰਿਤਸਰ ਦੇ ਇਲਾਕੇ ਉਹ ਬੈਠੇ ਸੀ ਆ ਫੈਸਲਾਬਾਦ ਦੇ ਨਾਲ ਸਮਾਣਾ ਚੱਕ ਨਾਲ ਬਿਲਕੁਲ ਹੈ ਪਰ ਚਨੋਟ ਵਾਲੀ ਸੜਕ 'ਤੇ ਬਿਲਕੁਲ ਉੱਥੇ ਆਣ ਕੇ ਉਹ ਬੈਠੇ ਸੀ ਅਤੇ ਉਹ ਸਾਡੇ ਸੀ ਰਿਸ਼ਤੇਦਾਰ ਉਹ ਫਿਰ ਸਾਨੂੰ ਲੱਭਦੇ ਲਭਾਉਂਦੇ ਨਾ ਲੱਭਦੇ ਲਭਾਉਂਦੇ ਵਜ਼ੀਰਾਬਾਦ ਸਟੇਸ਼ਨ 'ਤੇ ਜਾ ਟਕਰੇ ਅੱਛਾ ਉਹਨਾਂ ਨੇ ਫਿਰ ਸਾਨੂੰ ਉੱਥੋਂ ਗੱਡੀ ਬੈਠੇ ਤੇ ਇੱਥੇ ਆ ਗਏ ਤੁਸੀਂ ਇੱਥੇ ਸਮਾਣਾ ਆ ਗਏ ਹਾਂਜੀ ਸਮਾਣੇ ਆ ਸਮਾਣੇ ਤੋਂ ਫਿਰ ਇੱਥੇ ਕਦੋਂ ਆਏ ਮੀਰ ਦਾਦ ਮਾਫੀ ਇਹ ਜਿਹੜੇ ਸਾਡੇ ਰਿਸ਼ਤੇਦਾਰ ਸੀ ਨਾ ਅੰਬਰਸਰ ਉੱਥੇ ਇੱਕ ਪਟਵਾਰੀ ਲੱਗਾ ਸੀ ਮੁਸਲਮਾਨ ਉਹ ਇੱਥੇ ਹੜੱਪੇ ਆਣ ਕੇ ਲੱਗ ਗਿਆ ਕਾਨੂੰ ਕੋ ਠੀਕ ਹੈ ਉਹਦਾ ਉਹ ਪਤਾ ਕਰਦੇ ਕਰਦੇ ਨਾ ਉਹਨੂੰ ਉਹ ਜਾਣਦੇ ਪਤਾ ਕਰਦੇ ਕਰਦੇ ਉਹਨਾਂ ਨੂੰ ਇੱਥੇ ਆਣ ਮਿਲਿਆ ਉਹ ਇੱਥੇ ਫਿਰ ਉਹਨੇ ਆਖਿਆ ਵੀ ਤੁਸੀਂ ਇੱਥੇ ਆ ਜਾਓ ਤੁਹਾਨੂੰ ਮੈਂ ਜੀ ਕਿੱਲਾ ਪਾ ਦਿੰਦਾ ਅਤੇ ਹੱਥ 'ਤੇ ਮਰਦਾਰ 'ਚ ਲੈ ਦਿੰਦਾ ਰਿਹਾਇਸ਼ ਵਾਸਤੇ ਇੱਥੇ ਫਿਰ ਆ ਗਏ ਠੀਕ ਹੈ ਅੱਛਾ ਕਦੇ ਬਾਬਾ ਜੀ ਆਪਣਾ ਪਿੰਡ ਵੇਖਣ ਨੂੰ ਦਿਲ ਕੀਤਾ ਵਾਂਖਾ ਜਿਹੜਾ ਜੀ ਤਾਂ ਬੜਾ ਕਰਦਾ ਸੀ ਪਰ ਗਏ ਨਹੀਂ ਨਾ ਕੋਈ ਐਡਾ ਖਿਆਲ ਕੀਤਾ ਵੀ ਕੀ ਉੱਥੇ ਹੁਣ ਕਰਾਂਗੇ ਜਾ ਕੇ ਜੀ ਤਾਂ ਬੜਾ ਕਰਦਾ ਸੀ ਪਰ ਸਹਿ ਖਤਮ ਹੋ ਗਿਆ ਜੀ ਵੀ ਅੱਛਾ ਕਦੇ ਉਹ ਜਾਣਾ ਉੱਥੇ ਹੋ ਜਾਏ ਹਾਂਜੀ ਆਪਣਾ ਘਰ ਲੱਭ ਲਓ ਯਾਨੀ ਆਪਣੇ ਘਰ ਵਾਲੀ ਥਾਂ ਲੱਭ ਲਓ ਮੈਂ ਤਾਂ ਬੜੀ ਆ ਵੀ ਲੱਭ ਲਾਂ ਚਿਰ ਤਾਂ ਬਹੁਤ ਹੋ ਗਿਆ ਤੁਹਾਨੂੰ ਵੀ ਪਤਾ ਪਰ ਆਪਣੀ ਜਗ੍ਹਾ ਜਿਹੜੀ ਹੈ ਨਾ ਮੈਂ ਤਾਂ ਵੀ ਬੰਦਾ ਲੱਭ ਹੀ ਲੈਂਦਾ ਹਾਂ ਮੇਰਾ ਖਿਆਲ ਆ ਵੀ ਮੈਂ ਜਿਹੜਾ ਬੰਦਾ ਅੱਜ ਤੋਂ 40-50 ਸਾਲ ਪਹਿਲੇ ਵੇਖੇ ਇੱਕ ਵਾਰ ਵੇਖਿਆ ਨਾ ਉਹ ਹੁਣ ਵੀ ਉਹਦੀ ਨਿਗਾਹ ਨਹੀਂ ਕੰਮ ਕਰਦੀ ਪਰ ਫਿਰ ਵੀ ਉਹ ਬੰਦੇ ਨੂੰ ਪਛਾਣ ਲਈਦਾ ਵੀ ਯਾਰ ਇਹ ਕਿਤੇ ਵੇਖਿਆ ਜਾਂ ਇਹ ਫਲਾਣਾ ਬੰਦਾ ਚਲੋ ਬੜੀ ਗੱਲ ਹੈ ਯਾਦਾਸ਼ਤ ਵੀ ਬੜੀ ਅੱਛੀ ਹੋਣੀ ਚਾਹੀਦੀ ਬੰਦੇ ਦੀ ਬਿਲਕੁਲ ਅੱਛਾ ਉਸ ਪਿੰਡ ਦੀ ਕੋਈ ਚੀਜ਼ ਜਿਹੜੀ ਅੱਜ ਤੱਕ ਤੁਹਾਨੂੰ ਯਾਦ ਹੋਵੇ ਉੱਥੇ ਰਹਿੰਦਿਆਂ ਕੋਈ ਇਹੋ ਜਿਹੀ ਗੱਲ ਹੋਈ ਹੋਵੇ ਕੋਈ ਵਾਕਿਆ ਕੋਈ ਥਾਂ ਜਿਹੜੀ ਤੁਹਾਨੂੰ ਅੱਜ ਤੱਕ ਨਾ ਭੁੱਲਦੀ ਉੱਥੇ ਇੱਕ ਆਹ ਜਿਹੜੇ ਸ਼ੀਆ ਸੀ ਨਾ ਸਾਡੇ ਪਿੰਡ 'ਚ ਮੁਸਲਮਾਨ ਸ਼ੀਆ ਵੀ ਹੈਗੇ ਜੀ ਜੀ ਅਤੇ ਸਾਡੇ ਪਿੰਡ 'ਚ ਉਹਨੂੰ ਉਸ ਜਗ੍ਹਾ ਨੂੰ ਇੱਕ ਵੱਡੀ ਸਾਰੀ ਨਾ ਜਿਸ ਤਰ੍ਹਾਂ ਭੇੜ ਹੁੰਦੇ ਨੇ ਵੀ ਕੋਈ ਜਗ੍ਹਾ ਜਿਸ ਤਰ੍ਹਾਂ ਭੇੜ ਜੇ ਨੇ ਹੜੱਪੇ ਦੇਖਿਆ ਹੋਣਗੇ ਤੁਸੀਂ ਠੀਕ ਹਾਂਜੀ ਹਾਂਜੀ ਬਿਲਕੁਲ ਏਡਾ ਕਾਫੀ ਜਗ੍ਹਾ ਨਾ ਕੋਈ 10-15 ਕਿੱਲਿਆਂ ਦੇ ਵਿੱਚ ਜਗ੍ਹਾ ਸੀ ਬਹੁਤ ਉੱਚੀ ਠੀਕ ਹੈ ਉੱਥੇ ਉਹ ਮੇਲਾ ਲਵਾਉਂਦੇ ਹੁੰਦੇ ਸਾਲ ਅੱਛਾ ਸਾਲ 'ਚ ਅਤੇ ਉੱਥੇ ਤਾਜ਼ਗੀ ਚਾਰ 'ਚ ਫਿਰ ਉਹ ਇਕੱਠੇ ਹੁੰਦੇ ਹੁੰਦੇ ਠੀਕ ਹੈ ਹਾਂ ਉੱਥੇ ਫਿਰ ਵੇਖਣ ਜਾਈਦਾ ਸੀ ਤਾਜ਼ਗੀ
ਜਿਵੇਂ ਮੇਲਾ ਨਹੀਂ ਲੱਗਦਾ, ਉਹ ਫਿਰ ਮੇਲਾ ਲਾਉਂਦੇ ਸੀ ਚਾਰ ਚੁਫੇਰ ਪਿੰਡਾਂ 'ਚੋਂ, ਵਾਂਖੇ 'ਚੋਂ, ਦੀਨਾ ਨਗਰ 'ਚੋਂ ਚਾਰ ਚੁਫੇਰ ਪਿੰਡਾਂ 'ਚੋਂ ਆਉਂਦੇ ਸੀ ਉੱਥੇ ਤਾਜ਼ੀ। ਬਿਲਕੁਲ ਠੀਕ ਹੈ, ਉਹ ਤੁਹਾਨੂੰ ਯਾਦ ਹੈ, ਉਹ ਯਾਦ, ਉਹ ਤੁਸੀਂ ਵੇਖਣ ਜਾਂਦੇ ਸੀ। ਹਾਂਜੀ ਹਾਂਜੀ। ਚਲੋ ਚਲੋ ਬਾਬਾ ਜੀ, ਬੜੀ ਮਿਹਰਬਾਨੀ, ਤੁਸੀਂ ਸਾਡੇ ਨਾਲ ਉਹ ਪੁਰਾਣੀਆਂ ਯਾਦਾਂ ਸ਼ੇਅਰ ਕੀਤੀਆਂ, ਸਾਡੇ ਨਾਲ ਵੰਡ ਪਾਈ ਉਹਨਾਂ ਦੀ, ਔਰ ਆਪਣੇ ਦੁੱਖ ਦਰਦ ਖੋਲੇ ਸਾਡੇ ਨਾਲ। ਬਿਲਕੁਲ। ਚਲੋ ਜੀ, ਉਹਦੇ ਵਾਸਤੇ ਰਹੋ ਜੀ। ਅੱਛਾ ਜੀ, ਦੁਆ ਕਰਨਾ ਸਾਡੇ ਵਾਸਤੇ ਵੀ, ਦੁਆ ਕਰੇ ਜ਼ਰੂਰ ਜ਼ਰੂਰ ਜ਼ਰੂਰ।